ਇਸ ਆਜ਼ਾਦੀ ਵਾਸਤੇ ਸ਼ਹੀਦੀ ਦਿੱਤੀ। ਕਿੱਥੇ ਆਜ਼ਾਦੀ? ਚੱਲੀਏ ਕਚਹਿਰੀਆਂ ਚ, ਕੋਈ ਹੋ ਜਾਊ ਕੰਮ ਪੈਸੇ ਬਿਨਾਂ। ਚੱਲੀਏ ਥਾਣੇ, ਕੋਈ ਲਿਖ ਲੂ ਗਰੀਬ ਦੀ ਰਿਪੋਰਟ ਜਾਂ ਸੱਚੇ ਦੀ ਰਿਪੋਰਟ। ਚੱਲੀਏ ਰਾਸ਼ਨ ਕਾਰਡ ਬਣਾਉਣ ਕੋਲੇ, ਕੋਈ ਬਣਾ ਦੂ ਰਾਸ਼ਨ ਕਾਰਡ ਜਿਹਨੂੰ ਚਾਹੀਦਾ ਹੈ। ਨਾ, ਫਿਰ ਕਾਹਦੀ ਆਜ਼ਾਦੀ? ਫਿਰ 15 ਅਗਸਤ, 26 ਜਨਵਰੀ ਸਾਡੇ ਲਈ ਕੀ ਭਾਅ? ਕਿੰਨੀਆਂ 26 ਜਨਵਰੀਆਂ ਤੇ ਕਿੰਨੇ ਲੰਘੇ 15 ਅਗਸਤ, ਪਰ ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਅਜੇ ਵੀ ਅਸਤ। ਸਾਡਾ ਸੂਰਜ ਨਹੀਂ ਹਜੇ ਚੜਿਆ। ਸਾਡਾ ਸੂਰਜ ਉਸ ਦਿਨ ਚੜੂਗਾ, ਅਸਲੀ ਆਜ਼ਾਦੀ ਉਸ ਦਿਨ ਮੰਨਾਂਗੇ ਜਿੱਦਾਂ ਆਮ ਲੋਕਾਂ ਦੇ, ਗਰੀਬ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਜੱਜ ਬਣਨ ਲੱਗ ਗਏ, ਸਰਕਾਰੀ ਸਕੂਲਾਂ ਚ ਪੜ੍ਹ ਕੇ ਵੱਡੇ ਅਫਸਰ ਬਣਨ ਲੱਗ ਗਏ। ਉਦੇ ਅਸੀਂ ਆਪਣੇ ਆਪ ਨੂੰ ਯਾਦ ਮੰਨਾਂਗੇ ਜਿੱਦਾਂ ਸਾਡੇ ਬਜ਼ੁਰਗਾਂ ਦਾ ਸਾਡੇ ਘਰਾਂ ਦੀਆਂ ਹਦੂਦਾਂ ਦੇ ਅੰਦਰ, ਸਾਡੇ ਪਿੰਡਾਂ ਦੀਆਂ ਹੱਦਾਂ ਦੇ ਅੰਦਰ ਇਲਾਜ ਹੋਣ ਲੱਗ ਗਿਆ, ਜਦੋਂ ਸਾਡੀ ਜਵਾਨੀ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਕੰਮ ਮਿਲਣ ਲੱਗ ਗਿਆ। ਹੁਣ ਕਾਹਦੀ ਆਜ਼ਾਦੀ? ਕਿ ਐਸ ਆਜ਼ਾਦੀ ਵਾਸਤੇ ਸ਼ਹੀਦੀ ਦਿੱਤੀ? ਕਿੱਥੇ ਆਜ਼ਾਦੀ? ਚੱਲੀਏ ਕਚਹਿਰੀਆਂ ਚ, ਕੋਈ ਹੋ ਜਾਊ ਕੰਮ ਪੈਸੇ ਬਿਨਾਂ। ਚੱਲੀਏ ਥਾਣੇ, ਕੋਈ ਲਿਖ ਲੂ ਗਰੀਬ ਦੀ ਰਿਪੋਰਟ ਜਾਂ ਸੱਚੇ ਦੀ ਰਿਪੋਰਟ। ਚੱਲੀਏ ਰਾਸ਼ਨ ਕਾਰਡ ਬਣਾਉਣ ਕੋਲੇ, ਕੋਈ ਬਣਾ ਦੂ ਰਾਸ਼ਨ ਕਾਰਡ ਜਿਹਨੂੰ ਚਾਹੀਦਾ। ਨਾ, ਫਿਰ ਕਾਹਦੀ ਆਜ਼ਾਦੀ? ਫਿਰ 15 ਅਗਸਤ, 26 ਜਨਵਰੀ ਸਾਡੇ ਲਈ ਕੀ ਭਾਅ? ਕਿੰਨੀਆਂ 26 ਜਨਵਰੀਆਂ ਤੇ ਕਿੰਨੇ ਲੰਘੇ 15 ਅਗਸਤ, ਪਰ ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਅਜੇ ਵੀ ਅਸਤ। ਸਾਡਾ ਸੂਰਜ ਨਹੀਂ ਹਜੇ ਚੜਿਆ। ਸਾਡਾ ਸੂਰਜ ਉਸ ਦਿਨ ਚੜੂਗਾ, ਅਸਲੀ ਆਜ਼ਾਦੀ ਉਸ ਦਿਨ ਮੰਨਾਂਗੇ ਜਿੱਦਾਂ ਆਮ ਲੋਕਾਂ ਦੇ, ਗਰੀਬ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਜੱਜ ਬਣਨ ਲੱਗ ਗਏ, ਸਰਕਾਰੀ ਸਕੂਲਾਂ ਚ ਪੜ੍ਹ ਕੇ ਵੱਡੇ ਅਫਸਰ ਬਣਨ ਲੱਗ ਗਏ। ਉਦੇ ਅਸੀਂ ਆਪਣੇ ਆਪ ਨੂੰ ਯਾਦ ਮੰਨਾਂਗੇ ਜਿੱਦਾਂ ਸਾਡੇ ਬਜ਼ੁਰਗਾਂ ਦਾ ਸਾਡੇ ਘਰਾਂ ਦੀਆਂ ਹਦੂਦਾਂ ਦੇ ਅੰਦਰ, ਸਾਡੇ ਪਿੰਡਾਂ ਦੀਆਂ ਹੱਦਾਂ ਦੇ ਅੰਦਰ ਇਲਾਜ ਹੋਣ ਲੱਗ ਗਿਆ, ਜਦੋਂ ਸਾਡੀ ਜਵਾਨੀ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਕੰਮ ਮਿਲਣ ਲੱਗ ਗਿਆ। ਹੁਣ ਕਾਹਦੀ ਆਜ਼ਾਦੀ? ਕਿ ਐਸ ਆਜ਼ਾਦੀ ਵਾਸਤੇ ਸ਼ਹੀਦੀ ਦਿੱਤੀ? ਕਿੱਥੇ ਆਜ਼ਾਦੀ? ਚੱਲੀਏ ਕਚਹਿਰੀਆਂ ਚ, ਕੋਈ ਹੋ ਜਾਊ ਕੰਮ ਪੈਸੇ ਬਿਨਾਂ। ਚੱਲੀਏ ਥਾਣੇ, ਕੋਈ ਲਿਖ ਲੂ ਗਰੀਬ ਦੀ ਰਿਪੋਰਟ ਜਾਂ ਸੱਚੇ ਦੀ ਰਿਪੋਰਟ। ਚੱਲੀਏ ਰਾਸ਼ਨ ਕਾਰਡ ਬਣਾਉਣ ਕੋਲੇ, ਕੋਈ ਬਣਾ ਦੂ ਰਾਸ਼ਨ ਕਾਰਡ ਜਿਹਨੂੰ ਚਾਹੀਦਾ। ਨਾ, ਫਿਰ ਕਾਹਦੀ ਆਜ਼ਾਦੀ? ਫਿਰ 15 ਅਗਸਤ, 26 ਜਨਵਰੀ ਸਾਡੇ ਲਈ ਕੀ ਭਾਅ? ਕਿੰਨੀਆਂ 26 ਜਨਵਰੀਆਂ ਤੇ ਕਿੰਨੇ ਲੰਘੇ 15 ਅਗਸਤ, ਪਰ ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਅਜੇ ਵੀ ਅਸਤ। ਸਾਡਾ ਸੂਰਜ ਨਹੀਂ ਹਜੇ ਚੜਿਆ। ਸਾਡਾ ਸੂਰਜ ਉਸ ਦਿਨ ਚੜੂਗਾ, ਅਸਲੀ ਆਜ਼ਾਦੀ ਉਸ ਦਿਨ ਮੰਨਾਂਗੇ ਜਿੱਦਾਂ ਆਮ ਲੋਕਾਂ ਦੇ, ਗਰੀਬ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਜੱਜ ਬਣਨ ਲੱਗ ਗਏ, ਸਰਕਾਰੀ ਸਕੂਲਾਂ ਚ ਪੜ੍ਹ ਕੇ ਵੱਡੇ ਅਫਸਰ ਬਣਨ ਲੱਗ ਗਏ। ਉਦੇ ਅਸੀਂ ਆਪਣੇ ਆਪ ਨੂੰ ਯਾਦ ਮੰਨਾਂਗੇ ਜਿੱਦਾਂ ਸਾਡੇ ਬਜ਼ੁਰਗਾਂ ਦਾ ਸਾਡੇ ਘਰਾਂ ਦੀਆਂ ਹਦੂਦਾਂ ਦੇ ਅੰਦਰ, ਸਾਡੇ ਪਿੰਡਾਂ ਦੀਆਂ ਹੱਦਾਂ ਦੇ ਅੰਦਰ ਇਲਾਜ ਹੋਣ ਲੱਗ ਗਿਆ, ਜਦੋਂ ਸਾਡੀ ਜਵਾਨੀ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਕੰਮ ਮਿਲਣ ਲੱਗ ਗਿਆ। ਹੁਣ ਕਾਹਦੀ ਆਜ਼ਾਦੀ? ਕਿ ਐਸ ਆਜ਼ਾਦੀ ਵਾਸਤੇ ਸ਼ਹੀਦੀ ਦਿੱਤੀ? ਕਿੱਥੇ ਆਜ਼ਾਦੀ? ਚੱਲੀਏ ਕਚਹਿਰੀਆਂ ਚ, ਕੋਈ ਹੋ ਜਾਊ ਕੰਮ ਪੈਸੇ ਬਿਨਾਂ। ਚੱਲੀਏ ਥਾਣੇ, ਕੋਈ ਲਿਖ ਲੂ ਗਰੀਬ ਦੀ ਰਿਪੋਰਟ ਜਾਂ ਸੱਚੇ ਦੀ ਰਿਪੋਰਟ। ਚੱਲੀਏ ਰਾਸ਼ਨ ਕਾਰਡ ਬਣਾਉਣ ਕੋਲੇ, ਕੋਈ ਬਣਾ ਦੂ ਰਾਸ਼ਨ ਕਾਰਡ ਜਿਹਨੂੰ ਚਾਹੀਦਾ। ਨਾ, ਫਿਰ ਕਾਹਦੀ ਆਜ਼ਾਦੀ? ਫਿਰ 15 ਅਗਸਤ, 26 ਜਨਵਰੀ ਸਾਡੇ ਲਈ ਕੀ ਭਾਅ? ਕਿੰਨੀਆਂ 26 ਜਨਵਰੀਆਂ ਤੇ ਕਿੰਨੇ ਲੰਘੇ 15 ਅਗਸਤ, ਪਰ ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਅਜੇ ਵੀ ਅਸਤ। ਸਾਡਾ ਸੂਰਜ ਨਹੀਂ ਹਜੇ ਚੜਿਆ। ਸਾਡਾ ਸੂਰਜ ਉਸ ਦਿਨ ਚੜੂਗਾ, ਅਸਲੀ ਆਜ਼ਾਦੀ ਉਸ ਦਿਨ ਮੰਨਾਂਗੇ
ਜਿੱਦੇ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਜੱਜ ਬਣਨ ਲੱਗ ਗਏ, ਸਰਕਾਰੀ ਸਕੂਲਾਂ ਚ ਪੜ੍ਹ ਕੇ ਵੱਡੇ ਅਫਸਰ ਬਣਨ ਲੱਗ ਗਏ, ਉਦੇ ਅਸੀਂ ਆਪਣੇ ਆਪ ਨੂੰ ਯਾਦ ਮੰਨਾਂਗੇ ਜਿੱਥੇ ਸਾਡੇ ਬਜ਼ੁਰਗਾਂ ਦਾ ਸਾਡੇ ਘਰਾਂ ਦੀਆਂ ਹਦੂਦਾਂ ਦੇ ਅੰਦਰ ਸਾਡੇ ਪਿੰਡਾਂ ਦੀਆਂ ਹੱਦਾਂ ਦੇ ਅੰਦਰ ਹੀ ਇਲਾਜ ਹੋਣ ਲੱਗ ਗਿਆ, ਜਦੋਂ ਸਾਡੀ ਜਵਾਨੀ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਕੰਮ ਮਿਲਣ ਲੱਗ ਗਿਆ। ਹੁਣ ਕਾਹਦੀ ਆਜ਼ਾਦੀ ਕਿ ਐਸ ਆਜ਼ਾਦੀ ਵਾਸਤੇ ਸ਼ਹੀਦੀ ਦੇਤੀ, ਕਿੱਥੇ ਆਜ਼ਾਦੀ? ਚੱਲੀਏ ਕਚਹਿਰੀਆਂ ਚ, ਕੋਈ ਹੋਜੂ ਕੰਮ ਪੈਸੇ ਬਿਨਾਂ? ਚੱਲੀਏ ਥਾਣੇ, ਕੋਈ ਲਿਖ ਲੂ ਗਰੀਬ ਦੀ ਰਿਪੋਰਟ ਜਾਂ ਸੱਚੇ ਦੀ ਰਿਪੋਰਟ? ਚੱਲੀਏ ਰਾਸ਼ਨ ਕਾਰਡ ਬਣਾਉਣ ਕੋਲੇ, ਕੋਈ ਬਣਾ ਦੋ ਰਾਸ਼ਨ ਕਾਰਡ ਜਿਹਨੂੰ ਚਾਹੀਦਾ ਨਾ? ਫਿਰ ਕਾਹਦੀ ਆਜ਼ਾਦੀ? ਫਿਰ 15 ਅਗਸਤ, 26 ਜਨਵਰੀ ਸਾਡੇ ਲਈ ਕੀ ਭਾਅ? ਕਿੰਨੀਆਂ 26 ਜਨਵਰੀਆਂ ਤੇ ਕਿੰਨੇ ਲੰਘੇ 15 ਅਗਸਤ, ਪਰ ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਅਜੇ ਵੀ ਅਸਤ, ਸਾਡਾ ਸੂਰਜ ਨਹੀਂ ਹਜੇ ਚੜਿਆ। ਸਾਡਾ ਸੂਰਜ ਉਸ ਦਿਨ ਚੜੂਗਾ, ਅਸਲੀ ਆਜ਼ਾਦੀ ਉਸ ਦਿਨ ਮੰਨਾਂਗੇ ਜਿੱਦੇ ਆਮ ਲੋਕਾਂ ਦੇ, ਗਰੀਬ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਜੱਜ ਬਣਨ ਲੱਗ ਗਏ, ਸਰਕਾਰੀ ਸਕੂਲਾਂ ਚ ਪੜ੍ਹ ਕੇ ਵੱਡੇ ਅਫਸਰ ਬਣਨ ਲੱਗ ਗਏ, ਉਦੇ ਅਸੀਂ ਆਪਣੇ ਆਪ ਨੂੰ ਯਾਦ ਮੰਨਾਂਗੇ ਜਿੱਥੇ ਸਾਡੇ ਬਜ਼ੁਰਗਾਂ ਦਾ ਸਾਡੇ ਘਰਾਂ ਦੀਆਂ ਹਦੂਦਾਂ ਦੇ ਅੰਦਰ ਸਾਡੇ ਪਿੰਡਾਂ ਦੀਆਂ ਹੱਦਾਂ ਦੇ ਅੰਦਰ ਹੀ ਇਲਾਜ ਹੋਣ ਲੱਗ ਗਿਆ, ਜਦੋਂ ਸਾਡੀ ਜਵਾਨੀ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਕੰਮ ਮਿਲਣ ਲੱਗ ਗਿਆ। ਹੁਣ ਕਾਹਦੀ ਆਜ਼ਾਦੀ?